ਇਹ ਜਿਹੜੀ ਜਿਹੜਾ ਵਾਇਰਸ ਆ ਇਹਦਾ ਅਸਲ ਨਾਮ ਕੋਵਿਡ COVID-19 ਹੈ। ਇਹ ਮਾਈਕਰੋਸਕੋਪ ਦੇ ਥੱਲੇ ਜਦੋਂ ਇਹਦਾ ਦੇਖਣ ਵਿੱਚ ਆਇਆ ਇਹਦਾ ਆਕਾਰ ਹੈ ਮਹਾਰਾਜਿਆਂ ਦੇ ਮੁਕਟ ਵਰਗਾ ਸੀਗਾ, ਇਸ ਕਰਕੇ ਇਹਦਾ ਨਾਮ ਕਰੋਨਾ ਦੇ ਦਿੱਤਾ ਗਿਆ। ਇਸ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਆਮ ਫਲੂ ਵਰਗੇ ਲੱਛਣਾਂ ਨਾਲ ਹੀ ਸਾਡੇ ਕੋਲ ਆਉਂਦਾ ਹੈ, ਜਿਹਦੇ ਵਿੱਚ ਨੱਕ ਵਗਣਾ, ਗਲਾ ਖਰਾਬ, ਖਾਂਸੀ ਅਤੇ ਜਿਹੜਾ ਹੈਗਾ ਬੁਖਾਰ ਜਾਂ ਬਦਨ ਦਰਦ ਹੁੰਦਾ ਹੈ। ਜਿਹੜਾ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਹੈ ਜਾਂ ਨਹੀਂ ਜਾਂ ਆਮ ਫਲੂ ਨਾਲ ਵਿਅਕਤੀ ਪ੍ਰਭਾਵਿਤ ਹੈ, ਇਹਦੇ 'ਚ ਅਸੀਂ ਸਿਮਟਮਸ ਦੇ ਆਧਾਰ 'ਤੇ ਨਹੀਂ ਕਰ ਸਕਾਂਗੇ, ਸਿਰਫ ਅਤੇ ਸਿਰਫ ਲੈਬ ਟੈਸਟ ਦੇ ਨਾਲ ਹੀ ਇਹਨੂੰ ਆਪਾਂ ਪਛਾਣ ਸਕਦੇ ਹਾਂ ਕਿ ਵੀ ਇਹ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੈ, ਜਿਹੜਾ ਕਿ ਜਾਨਲੇਵਾ ਸਾਬਤ ਹੋ ਸਕਦਾ ਹੈ। ਮਤਲਬ ਮੇਨਲੀ ਜਿਹੜਾ ਮੰਨਿਆ ਜਾਵੇ ਕਿ ਵਿਅਕਤੀ ਦੀ ਜਦੋਂ ਮੌਤ ਹੁੰਦੀ ਹੈ ਜਾਂ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਨਮੋਨੀਆ ਦੇ ਕਰਕੇ ਹੋਈ ਹੈ, ਵਾਇਰਸ ਨਮੋਨੀਆ ਪੈਦਾ ਕਰਦਾ। ਹਾਂਜੀ, ਜੇ ਉਹ ਜਦੋਂ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਤਾਂ ਉਹਦੇ ਨਾਲ ਜਿਹੜੇ ਫੇਫੜੇ ਆ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ। ਜਿਹੜਾ ਇਹ ਕਰੋਨਾ ਵਾਇਰਸ ਆ ਇਹ ਹੀਟ ਲੇਬਾਈਲ ਆ, ਯਾਨੀ ਕਿ ਗਰਮੀ ਨਾਲ ਜਿਹੜੀ 30 ਡਿਗਰੀ 27, 28, 30 ਡਿਗਰੀ 'ਤੇ ਇਹਦੀ ਇਹ ਖਤਮ ਹੋ ਜਾਂਦਾ। ਪਿੰਡਾਂ ਦੇ ਵਿੱਚ ਜੇ ਕੋਈ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚੋਂ ਕੋਈ ਵਿਅਕਤੀ ਆਇਆ ਤਾਂ ਉਦੋਂ ਆਪਾਂ ਨੂੰ ਜੰਗੀ ਪੱਧਰ 'ਤੇ ਇਹਦੇ ਲਈ ਅਹਿਤਿਆਤ ਵਰਤਣੀ ਚਾਹੀਦੀ ਆ। ਉਸ ਬੰਦੇ ਨੂੰ ਕੋਸ਼ਿਸ਼ ਕਰੋ ਵੀ ਇਕੱਲਿਆਂ ਰੱਖੋ, ਕੁਆਰੰਟਾਈਨ ਜਿਹਨੂੰ ਕਹਿੰਦੇ ਆ ਉਹਨੂੰ ਵੱਖਰਿਆਂ ਕਰ ਦਿਉ, ਉਹਦੇ ਕੱਪੜੇ ਗਰਮ ਪਾਣੀ ਧੋਵੋ, ਧੁੱਪ ਦੇ ਵਿੱਚ ਸੁਕਾਵੋ, ਪ੍ਰੈਸ ਕਰੋ ਅਤੇ ਉਹ ਬੰਦਾ ਕਿਸੇ ਨੂੰ ਮਿਲੇ ਨਾ ਤਾਂ ਉਹ ਗਰਮ ਪਾਣੀ ਪੀਵੇ। ਤਾਂ ਪਹਿਲਾਂ ਜੇ ਉਹ ਨੱਕ ਦੇ ਵਿੱਚ ਜਾਂ ਜੇ ਗਲੇ ਤੱਕ ਵਾਇਰਸ ਹੈਗਾ ਤਾਂ ਉਹ ਗਰਮ ਪਾਣੀ ਦੇ ਗਰਾਰੇ ਕਰੋ, ਗਰਮ ਪਾਣੀ ਹੀ ਪੀਵੋ, ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਮੌਸਮ ਦੇ ਨਾਲ ਇਹਦਾ ਸੰਬੰਧ ਜ਼ਰੂਰ ਹੈ, ਪਰੰਤੂ ਅਗਰ ਵਾਇਰਸ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਕਿਸੇ ਨੂੰ ਦੇਵੇਗਾ ਇਹ ਜਿਹੜੀ ਇਨਫੈਕਸ਼ਨ ਹੈਗੀ ਆ ਤਾਂ ਇਹਦੇ ਫੈਲਣ ਦਾ ਖਤਰਾ ਰਹਿਣਾ ਹੀ ਰਹਿਣਾ ਹੈ, ਇਹਦਾ ਮੌਸਮ ਨਾਲ ਜ਼ਿਆਦਾ ਸੰਬੰਧ ਨਹੀਂ ਰਹੇਗਾ। ਜੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਜੇ ਆਪਣੇ ਹੱਥਾਂ ਦੇ ਵਿੱਚ ਛਿੱਕਦਾ ਹੈ ਜਾਂ ਖਾਂਸੀ ਕਰਦਾ ਹੈ ਉਹਦੇ ਹੱਥਾਂ 'ਤੇ ਉਹ ਸਾਰਾ ਵਾਇਰਸ ਆ ਜਾਏਗਾ ਨਾ, ਤਾਂ ਉਹ ਵਾਇਰਸ ਉਹ ਹੱਥ ਜਦੋਂ ਵੀ ਕਿਤੇ ਚੀਜ਼ ਨਾਲ ਟੱਚ ਕਰੇਗਾ ਉਹ ਉੱਥੇ ਰਹਿ ਜਾਵੇਗਾ। 3 ਲੇਅਰ ਜਾਂ ਦੂਸਰੇ ਸਪੈਸ਼ਲ ਮਾਸਕ ਦੀ ਲੋੜ ਨਹੀਂ ਆ, ਆਮ ਕੱਪੜੇ ਨਾਲ ਵੀ ਇਹਨੂੰ ਆਪਾਂ ਮੂੰਹ ਤੋਂ ਬਾਹਰ ਰੋਕਿਆ ਜਾ ਸਕਦਾ। ਸੋ ਜਦੋਂ ਇਹ ਕਿਸੇ ਮਟੈਲਿਕ ਸਰਵਿਸ 'ਤੇ ਸਰਫੇਸ 'ਤੇ ਸੈਟਲ ਹੋ ਜਾਏਗਾ ਤਾਂ ਇਹ 12 ਘੰਟੇ ਤੱਕ ਉੱਥੇ ਜ਼ਿੰਦਾ ਰਹਿ ਸਕਦਾ। ਜੇ ਕੱਪੜਿਆਂ 'ਤੇ ਹੋਵੇਗਾ 7-8 ਘੰਟੇ ਅੰਦਾਜ਼ਨ ਕਹਿੰਦੇ ਆ ਕਿ ਵੀ ਇੱਦਾਂ ਰਹਿ ਸਕਦਾ। ਹੱਥਾਂ ਦੇ ਉੱਤੇ ਇਹ ਕੁਛ ਕੁ ਮਿੰਟਾਂ ਦੇ ਹਿਸਾਬ ਨਾਲ ਇਹਦੀ ਲਾਈਫ ਹੈਗੀ ਆ। ਕੰਟੈਂਟਸ ਤਾਂ ਜਿਹੜੇ ਜਿੰਨੇ ਵੀ ਸੈਨੇਟਾਈਜ਼ਰਸ ਬਣੇ ਨੇਗੇ ਉਹਦੇ ਵਿੱਚ ਕੰਟੈਂਟਸ ਇਥਾਈਲ ਅਲਕੋਹਲ ਵੀ ਵਰਤੀ ਜਾਂਦੀ ਆ, ਇਹਦਾ ਸੈਟਰੀਮਾਈਡ ਟਾਈਪ ਵੀ ਵਰਤਿਆ ਜਾਂਦਾ ਹੈ। ਇਨਫੈਕਟਡ ਬੰਦੇ ਨੂੰ ਕਿੰਨੇ ਕੁ ਸਮੇਂ ਬਾਅਦ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ, ਕਿ ਇਮੀਡੀਏਟ ਇਹਦੇ ਲੱਛਣ ਸਾਹਮਣੇ ਆਉਂਦੇ ਨੇ? ਇਹ 3 ਦਿਨਾਂ ਦੇ ਵਿੱਚ ਕਿਹਾ ਜਾਂਦਾ ਕਿ ਵੀ ਉਹਦੇ ਤਕਰੀਬਨ ਉਹਨੂੰ ਨਜ਼ਲਾ, ਜ਼ੁਕਾਮ, ਖਾਂਸੀ, ਗਲਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਡਾਇਟ ਦੇ ਵਿੱਚ ਖਾਸ ਕਰਕੇ ਇੱਕ ਤਾਂ ਪਰਹੇਜ਼ ਕਰਨ ਵਾਲੀ ਚੀਜ਼ ਤਾਂ ਹੈਗੀ ਆ, ਚਿਲਡ ਜਾਂ ਕੋਈ ਫਰੋਜ਼ਨ ਫੂਡ ਹੈ ਜਾਂ ਆਈਸਕ੍ਰੀਮਸ ਵਗੈਰਾ ਹੈਗੀਆਂ, ਸੋਡਾ ਵਾਟਰ, ਇੱਦਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਬੰਦ ਕਰ ਦੇਣਾ ਚਾਹੀਦਾ। ਪੂਰੀ ਦੁਨੀਆ ਦੇ ਅੰਦਰ ਕਰੋਨਾ ਵਾਇਰਸ ਦਾ ਜਿਹੜਾ ਖਤਰਾ ਮੰਡਰਾ ਰਿਹਾ ਹੈ, ਹਰ ਇੱਕ ਮੁਲਕ ਦੇ ਵੱਲੋਂ ਇਹਦੇ 'ਤੇ ਇਸ ਵਾਇਰਸ ਨੂੰ ਰੋਕਣ ਦੇ ਪੁਰਯੋਰ ਯਤਨ ਕੀਤੇ ਜਾ ਰਹੇ ਨੇ, ਪਰ ਇਹ ਵਾਇਰਸ ਨੇ ਕਾਫੀ ਹੱਦ ਤੱਕ ਦੁਨੀਆ ਨੂੰ ਪ੍ਰਭਾਵਿਤ ਕੀਤਾ, ਭਾਵੇਂ ਕਿ ਉਹ ਸਾਡੀ ਸੋਸ਼ਲ ਜ਼ਿੰਦਗੀ ਸੀ, ਚਾਹੇ ਉਹ ਕਾਰੋਬਾਰ ਅਦਾਰੇ ਸੀਗੇ, ਉਹਨਾਂ ਨੂੰ ਹਰ ਇੱਕ ਨੂੰ ਪ੍ਰਭਾਵਿਤ ਕੀਤਾ। ਹੈ ਕੀ ਹੈ ਬਿਮਾਰੀ, ਕਿੱਦਾਂ ਸ਼ੁਰੂ ਹੋਈ ਹੈ, ਕਿੱਦਾਂ ਸ਼ੁਰੂ ਇਹਦੇ ਲੱਛਣ ਕੀ ਨੇ,
ਅਤੇ ਇਸ ਬਿਮਾਰੀ ਦੇ ਨਾਲ ਨਿਪਟਿਆ ਕਿੱਦਾਂ ਜਾ ਸਕਦਾ ਜਾਂ ਇਹਦੇ ਬਿਮਾਰੀ ਦੇ ਲੱਛਣ ਕੀ ਹੋ ਸਕਦੇ ਨੇ, ਕਿੱਦਾਂ ਪਤਾ ਲਾਇਆ ਜਾਵੇ ਕਿ ਇਹ ਬਿਮਾਰੀ ਤੁਹਾਨੂੰ ਹੋ ਗਈ ਹੈ ਜਾਂ ਕੀ ਇਹਦੇ ਪੁਖਤਾ ਜਿਹੜੇ ਹੈਗੇ ਆ ਉਹ ਹਾਲੇ ਤੱਕ ਹੱਲ ਨਿਕਲੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਹੱਲ ਨਿਕਲ ਸਕਦੇ ਨੇ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਸੀਨੀਅਰ ਡਾਕਟਰ ਗੁਰਲਾਲ ਸਿੰਘ ਦੇ ਕੋਲ, ਜਿਹੜੇ ਕਿ ਉਹਨਾਂ ਦਾ ਤਾਰੁਫ ਕਰਵਾ ਦਿੰਦਾ, ਉਹ ਬਤੌਰ SMO ਰਿਟਾਇਰ ਹੋਏ ਨੇ ਅਤੇ ਇਸ ਵੇਲੇ ਮੌਜੂਦਾ ਦਸ਼ਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਲੁਧਿਆਣਾ ਹੇਰਾਂ ਦੇ ਵਿੱਚ ਜਿਹੜਾ ਪਿੰਡ ਹੈ ਉੱਥੇ ਉਹ ਬਤੌਰ ਡਾਕਟਰ ਸੇਵਾਵਾਂ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਣਾ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਵਾਇਰਸ ਹੈ ਬਿਮਾਰੀ ਹੁਣ ਕਾਫੀ ਹੱਦ ਤੱਕ ਜਿਹੜਾ ਜਿੱਥੋਂ ਸਟਾਰਟ ਹੋਈ ਸੀ ਚਾਈਨਾ ਤੋਂ, ਉਹਨੇ ਚਾਈਨਾ ਨੇ ਕਾਫੀ ਹੱਦ ਤੱਕ ਇਹਦੇ 'ਤੇ ਕੰਟਰੋਲ ਕਰ ਲਿਆ ਔਰ ਬਾਕੀ ਮੁਲਕਾਂ ਦੇ ਵਿੱਚ ਹਾਲੇ ਵੀ ਜਿਹੜਾ ਖਤਰਾ ਬਣਿਆ ਹੋਇਆ। ਸਭ ਤੋਂ ਪਹਿਲਾਂ ਤਾਂ ਇਹ ਬਿਮਾਰੀ ਦੇ ਬਾਰੇ ਦੱਸੋ ਕਿ ਆਖਿਰ ਇਹ ਬਿਮਾਰੀ ਹੈ ਕੀ, ਇਹਦੇ ਲੱਛਣ ਕਿੱਦਾਂ ਨਜ਼ਰ ਆਉਂਦੇ ਨੇ ਬੰਦੇ ਨੂੰ? ਇਹ ਬਿਮਾਰੀ ਵੁਹਾਨ ਸ਼ਹਿਰ ਚਾਈਨਾ ਤੋਂ ਸ਼ੁਰੂ ਹੋਈ ਖਬਰਾਂ ਮੁਤਾਬਕ, ਅਤੇ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚ ਫੈਲ ਚੁੱਕੀ ਹੈ। ਇਹਨੂੰ WHO ਮੁਤਾਬਕ ਪੈਂਡੈਮਿਕ ਕਿਹਾ ਜਾਂਦਾ। ਇਹ ਜਿਹੜਾ ਵਾਇਰਸ ਆ ਇਹਦਾ ਅਸਲ ਨਾਮ ਕੋਵਿਡ COVID-19 ਹੈ, ਪਰੰਤੂ ਇਹ ਮਾਈਕਰੋਸਕੋਪ ਦੇ ਥੱਲੇ ਜਦੋਂ ਇਹਦਾ ਦੇਖਣ ਵਿੱਚ ਆਇਆ, ਇਹਦਾ ਆਕਾਰ ਹੈ ਮਹਾਰਾਜਿਆਂ ਦੇ ਮੁਕਟ ਵਰਗਾ ਸੀਗਾ, ਇਸ ਕਰਕੇ ਇਹਦਾ ਨਾਮ ਕਰੋਨਾ ਦੇ ਦਿੱਤਾ ਗਿਆ। ਸੋ ਇਹਨੂੰ ਕਰੋਨਾ ਵਾਇਰਸ ਦੇ ਨਾਮ ਨਾਲ ਜਾਣਿਆ ਜਾ ਰਿਹਾ। ਤਾਂ ਇਸ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਆਮ ਫਲੂ ਵਰਗੇ ਲੱਛਣਾਂ ਨਾਲ ਹੀ ਸਾਡੇ ਕੋਲ ਆਉਂਦਾ ਹੈ, ਜਿਹਦੇ ਵਿੱਚ ਨੱਕ ਵਗਣਾ, ਗਲਾ ਖਰਾਬ, ਖਾਂਸੀ ਅਤੇ ਜਿਹੜਾ ਹੈਗਾ ਬੁਖਾਰ ਜਾਂ ਬਦਨ ਦਰਦ ਹੁੰਦਾ ਹੈ। ਇਹ ਜੋ ਫਲੂ ਦੇ ਸਿਮਟਮ ਹੁੰਦੇ ਸੀ ਪਹਿਲਾਂ ਵੀ, ਜਿਹੜੇ ਵਾਇਰਸ ਨਾਲ ਆਪਾਂ ਫਲੂ ਨਾਲ ਪ੍ਰਭਾਵਿਤ ਵਿਅਕਤੀ ਸਾਡੇ ਪਾਸ ਆਉਂਦੇ ਸਨ, ਉਹਨਾਂ ਦੇ ਵਰਗੇ ਹੀ ਸਿਮਟਮ ਹੂਬਹੂ ਹਨ। ਇਹ ਆਪਾਂ ਜਿਹੜਾ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਹੈ ਜਾਂ ਨਹੀਂ, ਜਾਂ ਆਮ ਫਲੂ ਨਾਲ ਵਿਅਕਤੀ ਪ੍ਰਭਾਵਿਤ ਹੈ, ਇਹਦੇ 'ਚ ਅਸੀਂ ਸਿਮਟਮ ਦੇ ਆਧਾਰ 'ਤੇ ਨਹੀਂ ਕਰ ਸਕਾਂਗੇ। ਸਿਰਫ ਅਤੇ ਸਿਰਫ ਲੈਬ ਟੈਸਟ ਦੇ ਨਾਲ ਹੀ ਇਹਨੂੰ ਆਪਾਂ ਪਛਾਣ ਸਕਦੇ ਹਾਂ ਕਿ ਵੀ ਇਹ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੈ। ਜੇ ਆਪਾਂ ਮੰਨੀਏ ਕਿ ਵਾਇਰਸ ਕਿੱਦਾਂ ਕੰਮ ਕਰਦਾ, ਇਹਦੇ ਕੰਮ ਕਰਨ ਦਾ ਤਰੀਕਾ ਕੀ ਹੈ, ਜਦੋਂ ਇੱਕ ਵਾਰ ਬੰਦਾ ਇਨਫੈਕਟ ਹੋ ਗਿਆ ਫਿਰ ਇਹ ਜਿਹੜਾ ਬੋਡੀ ਦੇ ਅੰਦਰ ਕਿਸ ਕਿਸ ਜਗ੍ਹਾ ਨੂੰ ਇਹ ਪ੍ਰਭਾਵਿਤ ਕਰਦਾ? ਕਰੋਨਾ ਵਾਇਰਸ ਨਾਲ ਜਿਹੜਾ ਪ੍ਰਭਾਵਿਤ ਵਿਅਕਤੀ ਹੈ, ਜਦੋਂ ਉਹ ਛਿੱਕ ਮਾਰੇਗਾ, ਖਾਂਸੀ ਕਰੇਗਾ, ਤਾਂ ਉਹ ਇਸ ਨੂੰ 1 ਮੀਟਰ ਦੇ ਦਾਇਰੇ ਤੱਕ ਹਰ ਵਿਅਕਤੀ ਨੂੰ ਪ੍ਰਭਾਵਿਤ ਕਰੇਗਾ। ਅਤੇ ਇਹਦੇ ਜਿਹੜੇ ਸਿਮਟਮਸ ਨੇਗੇ ਇਹ ਆਮ ਫਲੂ ਵਾਂਗ, ਜੇ ਉਹ ਵਿਅਕਤੀ ਇਮਿਊਨਿਟੀ ਲਈ ਉਹਦੀ ਸਟਰੋਂਗ ਹੈ ਤਾਂ ਉਸ ਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ, ਆਮ ਫਲੂ ਵਾਂਗ ਉਹਦੇ ਜਿਹੜੇ ਸਿਮਟਮ ਆ ਠੀਕ ਹੋ ਜਾਣਗੇ। ਪਰੰਤੂ ਜੇ ਉਹ ਬੱਚਾ ਜਾਂ ਬਜ਼ੁਰਗ ਹੈ ਜਾਂ ਇਮਿਊਨੋ ਕੰਪਰੋਮਾਈਜ਼, ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ, ਤਾਂ ਉਹਨਾਂ ਨੂੰ ਜੇ ਇਹ ਵਾਇਰਸ ਗਲੇ ਤੋਂ ਥੱਲੇ ਫੇਫੜਿਆਂ ਵਿੱਚ ਚਲੇ ਜਾਏਗਾ ਤਾਂ ਉਹ ਨਿਮੋਨੀਆ ਦਾ ਲੈ ਲਏਗਾ, ਸਿਮਟਮਸ ਲੈ ਲਏਗਾ, ਜਿਹੜਾ ਕਿ ਜਾਨਲੇਵਾ ਸਾਬਤ ਹੋ ਸਕਦਾ ਹੈ। ਮਤਲਬ ਮੇਨਲੀ ਜਿਹੜਾ ਮੰਨਿਆ ਜਾਵੇ ਕਿ ਵਿਅਕਤੀ ਦੀ ਜਦੋਂ ਮੌਤ ਹੁੰਦੀ ਹੈ ਜਾਂ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਨਮੋਨੀਆ ਦੇ ਕਰਕੇ ਹੋਈ ਹੈ, ਵਾਇਰਸ ਨਮੋਨੀਆ ਪੈਦਾ ਕਰਦਾ। ਹਾਂਜੀ, ਜੇ ਉਹ ਜਦੋਂ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਤਾਂ ਉਹਦੇ ਨਾਲ ਜਿਹੜੇ ਫੇਫੜੇ ਆ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ, ਜਿਹਦੇ ਨਾਲ ਜਿਹੜਾ ਉਹਦਾ ਨੋਰਮਲ ਰੈਸਪੀਰੇਸ਼ਨ ਹੈ ਉਹ ਖਤਮ ਹੋ ਜਾਂਦੀ ਆ ਅਤੇ ਉਹ ਵਿਅਕਤੀ ਦੀ ਮੌਤ ਹੋ ਸਕਦੀ ਆ। ਡਾਕਟਰ ਸਾਹਿਬ, ਇੱਕ ਜੇ ਨਮੋਨੀਆ ਦੀ ਗੱਲ ਕਰੀਏ, ਨਮੋਨੀਆ ਦਾ ਕੀ ਇਲਾਜ ਪਹਿਲਾਂ ਹੈ ਇਹਦੇ ਵਿੱਚ?
ਜਿਹੜੇ ਨਿਮੋਨੀਆ ਪਹਿਲਾਂ ਨੇ ਉਹ ਬੈਕਟੀਰੀਅਲ ਬਿਮਾਰ ਜਿਹੜੇ ਹੈਗੀ ਆ ਇਨਫੈਕਸ਼ਨ ਹੁੰਦੀ ਹੈ, ਇਹ ਹੈਗੀ ਆ ਵਾਇਰਸ, ਇਹਦੀ ਕੋਈ ਟ੍ਰੀਟਮੈਂਟ ਅਜੇ ਤੱਕ ਸਾਹਮਣੇ ਨਹੀਂ ਆਏਗੀ। ਨਹੀਂ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਬੰਦਾ ਇਨਫੈਕਟ ਹੋ ਜਾਂਦਾ ਹੈ, ਬੰਦੇ ਦੇ ਅੰਦਰ ਵਾਇਰਸ ਚਲਿਆ ਗਿਆ ਅਤੇ ਫਿਰ ਉਹ ਕਨਵਰਟ ਹੋ ਕੇ ਇੱਕ ਨਮੋਨੀਆ ਦੇ ਤੌਰ ਦੇ ਉੱਤੇ ਵਿਕਸਿਤ ਹੁੰਦਾ, ਅਤੇ ਪਹਿਲਾਂ ਵੀ ਤਾਂ ਨਮੋਨੀਆ ਸੀਗਾ ਹੁੰਦਾ ਲੋਕਾਂ ਨੂੰ, ਅਤੇ ਉਦੋਂ ਕਿੱਦਾਂ ਇਲਾਜ ਹੁੰਦਾ ਸੀਗਾ? ਕੀ ਇਹ ਵੱਖਰਾ ਨਮੋਨੀਆ ਉਹਦੇ ਨਾਲੋਂ ਵੱਖਰਾ ਵਾ? ਇਹ ਵਾਇਰਲ ਹੈ, ਜਿਹੜੀ ਬੈਕਟੀਰੀਅਲ ਨਮੋਨੀਆ ਹੁੰਦਾ ਉਹਦੀਆਂ ਬੈਕਟੀਰੀਸਾਈਡਲ ਡਰੱਗਸ ਆਪਣੇ ਕੋਲ ਹੈਗੀਆਂ, ਬੜੀਆਂ ਹੀ ਕਾਮਯਾਬ ਨੇਗੀਆਂ ਅਤੇ ਕਾਫੀ ਹੱਦ ਤੱਕ ਆਪਾਂ ਨਮੋਨੀਆ ਦਾ ਇਲਾਜ ਕਰ ਲੈਂਦੇ ਹਾਂ। ਪਰੰਤੂ ਇਸ ਬਿਮਾਰੀ ਦੀ ਕੋਈ ਜਿਹੜਾ ਦਵਾਈ ਅਜੇ ਤੱਕ ਇਜਾਦ ਨਹੀਂ ਹੋਈ ਅਤੇ ਕੋਈ ਦਵਾਈ ਕੰਮ ਨਹੀਂ ਕਰ ਰਹੀ, ਇਸ ਕਰਕੇ ਇਹਦੇ ਨਾਲ ਆਪਾਂ ਇਹਨੂੰ ਠੀਕ ਨਹੀਂ ਕਰ ਸਕਦੇ। ਅਤੇ ਆਪਾਂ ਜੇ ਮੰਨੀਏ ਕਿ ਇਹਦੇ ਲਈ ਸਾਨੂੰ ਬਚਾਅ ਕਿੱਦਾਂ ਦੇ ਕਰਨੇ ਚਾਹੀਦੇ ਆ, ਕਿਉਂਕਿ ਸਰਕਾਰੀ ਤੌਰ ਦੇ ਉੱਤੇ ਗਾਈਡਲਾਈਨਸ ਵੀ ਆ ਚੁੱਕੀਆਂ ਨੇ, ਪਰ ਜੇ ਅਹਿਤਿਆਤਨ ਤੌਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਜਾਂ ਸ਼ਹਿਰਾਂ ਦੇ ਵਿੱਚ ਵਿਚਰਦੇ ਹਾਂ, ਖਾਸ ਤੌਰ ਦੇ ਉੱਤੇ ਪੰਜਾਬ ਦੀ ਗੱਲ ਕਰੀਏ ਤਾਂ, ਅਤੇ ਇੱਥੇ ਕਿੱਦਾਂ ਦੇ ਸਾਨੂੰ ਪ੍ਰਿਕੋਸ਼ਨਸ ਵਰਤਣੇ ਚਾਹੀਦੇ ਨੇ ਕਿ ਬਿਮਾਰੀ ਸਾਨੂੰ ਨਾ ਫੈਲੇ ਜਾਂ ਸਾਨੂੰ ਆ ਤਾਂ ਅੱਗੇ ਨਾ ਜਾਵੇ? ਪਹਿਲੀ ਗੱਲ ਤਾਂ ਇਹ ਕਿ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਅਜੇ ਕੋਈ ਵੀ ਪੈਨਿਕ ਜਾਂ ਬਹੁਤਾ ਡਰਨ ਦੀ ਲੋੜ ਨਹੀਂ ਹੈ, ਨੰਬਰ ਇੱਕ। ਦੂਸਰਾ ਇਹ ਕਿ ਵੀ ਜੇ ਕਿਸੇ ਪੇਸ਼ੈਂਟ ਮਰੀਜ਼ ਕਿਸੇ ਵੀ ਇਨਸਾਨ ਨੂੰ ਇਸਦਾ ਫਲੂ ਵਰਗੇ ਸਿਮਟਮਸ ਨੇ ਤਾਂ ਉਸ ਨੂੰ ਅਹਿਤਿਆਤ ਵਰਤਣੀ ਜ਼ਰੂਰ ਚਾਹੀਦੀ ਆ। ਪਹਿਲੀ ਗੱਲ, ਉਹ ਘਰੇ ਰਹੇ, ਆਪਣੇ ਆਪ ਨੂੰ ਆਈਸੋਲੇਟਡ ਰੱਖੇ, ਮੂੰਹ 'ਤੇ ਰੁਮਾਲ ਜਾਂ ਕੋਈ ਮਾਸਕ ਨਹੀਂ ਹੈ ਤਾਂ ਰੁਮਾਲ ਨਾਲ ਢੱਕ ਸਕਦਾ, ਖੰਘਣਾ ਅਤੇ ਛਿੱਕਣਾ ਉਹ ਆਪਣੇ ਕਿਸੇ ਰੁਮਾਲ 'ਚ ਰੱਖੇ, ਉਹਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ਦੇ ਵਿੱਚ ਸੁਕਾਓ। ਜਿਹੜਾ ਇਹ ਕਰੋਨਾ ਵਾਇਰਸ ਆ ਇਹ ਹੀਟ ਲੇਬਾਈਲ ਆ, ਯਾਨੀ ਕਿ ਗਰਮੀ ਨਾਲ ਜਿਹੜੀ 30 ਡਿਗਰੀ 27 28 30 ਡਿਗਰੀ 'ਤੇ ਇਹਦੀ ਇਹ ਖਤਮ ਹੋ ਜਾਂਦਾ। ਜੇ ਕਿਸੇ ਪ੍ਰਭਾਵਿਤ ਵਿਅਕਤੀ ਨੇ ਉਸ ਨੂੰ ਛੱਡਿਆ ਵੀ ਹੈ ਤਾਂ ਜੇ ਬਾਹਰ ਗਰਮੀ ਹੈ ਤਾਂ ਉਹ ਖਤਮ ਹੋ ਜਾਵੇਗਾ। ਜੇ ਉਹ ਜਿਹੜੀ ਉਹਦੀ ਸੈਨੀਟਾਈਜ਼ਰ ਵਗੈਰਾ ਆਪਾਂ ਯੂਜ ਕਰਦੇ ਹਾਂ ਤਾਂ ਉਹਦੇ ਨਾਲ ਵੀ ਆਪਾਂ ਅਹਿਤਿਆਤ ਵਰਤ ਸਕਦੇ ਹਾਂ। ਪਿੰਡਾਂ ਦੇ ਵਿੱਚ ਜੇ ਕੋਈ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚੋਂ ਕੋਈ ਵਿਅਕਤੀ ਆਇਆ ਤਾਂ ਉਦੋਂ ਆਪਾਂ ਨੂੰ ਜੰਗੀ ਪੱਧਰ 'ਤੇ ਇਹਦੇ ਲਈ ਅਹਿਤਿਆਤ ਵਰਤਣੀ ਚਾਹੀਦੀ ਆ। ਉਸ ਬੰਦੇ ਨੂੰ ਕੋਸ਼ਿਸ਼ ਕਰੋ ਵੀ ਇਕੱਲਿਆਂ ਰੱਖੋ, ਕੁਆਰੰਟਾਈਨ ਜਿਹਨੂੰ ਕਹਿੰਦੇ ਆ ਉਹਨੂੰ ਵੱਖਰਿਆਂ ਕਰ ਦਿਉ, ਉਹਦੇ ਕੱਪੜੇ ਗਰਮ ਪਾਣੀ ਧੋਵੋ, ਧੁੱਪ ਦੇ ਵਿੱਚ ਸੁਕਾਵੋ, ਪ੍ਰੈਸ ਕਰੋ ਅਤੇ ਉਹ ਬੰਦਾ ਕਿਸੇ ਨੂੰ ਮਿਲੇ ਨਾ ਤਾਂ ਉਹ ਗਰਮ ਪਾਣੀ ਪੀਵੇ। ਇਹਦੀ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਵੀ ਫੇਫੜਿਆਂ ਦੇ ਵਿੱਚ ਜਾਵੇ ਹੀ ਨਾ ਤਾਂ ਪਹਿਲਾਂ ਜੇ ਉਹ ਨੱਕ ਦੇ ਵਿੱਚ ਜਾਂ ਜੇ ਗਲੇ ਤੱਕ ਵਾਇਰਸ ਹੈਗਾ ਤਾਂ ਉਹ ਗਰਮ ਪਾਣੀ ਦੇ ਗਰਾਰੇ ਕਰੋ, ਗਰਮ ਪਾਣੀ ਹੀ ਪੀਵੋ, ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਅਤੇ ਜਿਹੜਾ ਹੈਗਾ ਉਹਦੇ ਉਹਨੂੰ 14 ਦਿਨ ਤੱਕ ਆਮ ਜਨਤਾ ਦੇ ਵਿੱਚ ਨਾ ਵਿਚਰਨ ਦਿਓ। ਅਗਰ ਉਹਨੂੰ ਕੋਈ ਸਿਮਟਮ ਆਉਂਦੇ ਆ, ਉਹਨੂੰ ਸਾਹ ਦੀ ਤਕਲੀਫ ਹੁੰਦੀ ਆ, ਉਹ ਬੁਖਾਰ ਜਾਂ ਜ਼ਿਆਦਾ ਵੱਧਦਾ ਹੈਗਾ ਤਾਂ ਡਾਕਟਰੀ ਸਹਾਇਤਾ ਬਹੁਤ ਜ਼ਰੂਰੀ ਹੈ, ਜਿਹਦਾ ਕਿ ਹਰ WHO ਦੀਆਂ ਗਾਈਡਲਾਈਨਸ ਮੁਤਾਬਕ ਹਰ ਹਸਪਤਾਲ ਦੇ ਵਿੱਚ ਇੰਤਜ਼ਾਮ ਕੀਤਾ ਹੋਇਆ ਹੈ। ਸਭ ਜਿੱਦਾਂ ਆਪਾਂ ਵੇਖਦੇ ਹਾਂ ਕਿ ਜਿਹੜਾ ਮੌਸਮ ਬਦਲ ਰਿਹਾ, ਇਸ ਮੌਸਮ ਬਦਲਣ ਦੇ ਵਿੱਚ ਕਿੰਨਾ ਕੁ ਜਿਹੜਾ ਹੈਗਾ ਇਹ ਜਿਹੜਾ ਫੈਲਣ ਦਾ ਡਰ ਆਪਾਂ ਨੂੰ ਬਣਿਆ, ਕਿਉਂਕਿ ਇਸ ਮੌਸਮ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਵਾਇਰਲ ਜਿਹੜਾ ਬੁਖਾਰ ਹੈ ਜਾਂ ਖਾਂਸੀ ਜ਼ੁਕਾਮ ਬੰਦੇ ਨੂੰ ਆਮ ਹੀ ਹੋ ਜਾਂਦਾ। ਮੌਸਮ ਦੇ ਨਾਲ ਇਹਦਾ ਸੰਬੰਧ ਜ਼ਰੂਰ ਹੈ, ਪਰੰਤੂ ਅਗਰ ਵਾਇਰਸ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਕਿਸੇ ਨੂੰ ਦੇਵੇਗਾ ਇਹ ਜਿਹੜੀ ਇਨਫੈਕਸ਼ਨ ਹੈਗੀ ਆ ਤਾਂ ਇਹਦੇ ਫੈਲਣ ਦਾ ਖਤਰਾ ਰਹਿਣਾ ਹੀ ਰਹਿਣਾ ਹੈ, ਇਹਦਾ ਮੌਸਮ ਨਾਲ ਜ਼ਿਆਦਾ ਸੰਬੰਧ ਨਹੀਂ ਰਹੇਗਾ। ਪਰ ਕੋਈ ਖਾਸ ਜਿਵੇਂ ਮੌਸਮ ਦੇ ਵਿੱਚ ਵਾਇਰਸ ਜ਼ਿੰਦਾ ਰਹਿ ਸਕਦਾ, ਜਿੱਦਾਂ ਤੁਸੀਂ ਕਿਹਾ ਕਿ ਇਹ ਗਰਮੀ ਦੇ ਵਿੱਚ ਮਰ ਜਾਂਦਾ, ਤਾਂ ਕਿੰਨੇ ਕੁ ਦਿਨ ਆਪਾਂ ਮੰਨ ਸਕਦੇ ਹਾਂ ਕਿ
ਹਾਲੇ ਇਹ ਵਾਇਰਸ ਨੂੰ ਜੇ ਮੌਸਮ ਦੇ ਹਿਸਾਬ ਨਾਲ ਜਿੱਦਾਂ ਗਰਮੀ ਵਧੇਗੀ ਅਤੇ ਪ੍ਰਕੋਪ ਘਟੇਗਾ, ਇਹਦਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਭਾਰਤ ਦੇ ਵਿੱਚ ਆਪਣੀ ਸੰਭਾਵਨਾ ਇੱਦਾਂ ਹੀ ਕੀਤੀ ਜਾ ਰਹੀ ਹੈ। ਪਰੰਤੂ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਇਹ ਵਾਇਰਸ ਦਾ ਜਿਹੜਾ ਲਾਈਫ ਕੀ ਹੈ, ਜੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਜੇ ਆਪਣੇ ਹੱਥਾਂ ਦੇ ਵਿੱਚ ਛਿੱਕਦਾ ਹੈ ਜਾਂ ਖਾਂਸੀ ਕਰਦਾ ਹੈ, ਉਹਦੇ ਹੱਥਾਂ 'ਤੇ ਉਹ ਸਾਰਾ ਵਾਇਰਸ ਆ ਜਾਏਗਾ ਨਾ, ਤਾਂ ਉਹ ਵਾਇਰਸ ਉਹ ਹੱਥ ਜਦੋਂ ਵੀ ਕਿਸੇ ਚੀਜ਼ ਨਾਲ ਟੱਚ ਕਰੇਗਾ ਉਹ ਉੱਥੇ ਰਹਿ ਜਾਵੇਗਾ। ਕਿਉਂਕਿ ਇਹ ਬਿਮਾਰੀ ਤਾਂ ਹੈਗੀ ਆ ਡਰੋਪਲੈਟ ਇਨਫੈਕਸ਼ਨ, ਪਰੰਤੂ ਇਹ ਵਾਇਰਸ ਭਾਰਾ ਹੋਣ ਕਰਕੇ ਇਹ ਹਵਾ ਦੇ ਵਿੱਚ ਨਹੀਂ ਤੈਰਦਾ ਰਹਿੰਦਾ, ਕਿਸੇ ਨਾ ਕਿਸੇ ਸਰਫੇਸ 'ਤੇ ਸੈਟਲ ਹੋ ਜਾਂਦਾ। ਦੂਸਰਾ ਇਹ ਆ ਵੀ ਜੇ ਆਮ ਮਾਸਕ ਵੀ ਇਸੇ ਕਰਕੇ ਕਹਿੰਦੇ ਹਾਂ ਵੀ ਬਾਹਲੇ ਜਿਹੜੇ 3 ਲੇਅਰ ਜਾਂ ਦੂਸਰੇ ਸਪੈਸ਼ਲ ਮਾਸਕ ਦੀ ਲੋੜ ਨਹੀਂ ਆ, ਆਮ ਕੱਪੜੇ ਨਾਲ ਵੀ ਇਹਨੂੰ ਆਪਾਂ ਮੂੰਹ ਤੋਂ ਬਾਹਰ ਰੋਕਿਆ ਜਾ ਸਕਦਾ। ਸੋ ਜਦੋਂ ਇਹ ਕਿਸੇ ਮਟੈਲਿਕ ਸਰਫੇਸ 'ਤੇ ਸੈਟਲ ਹੋ ਜਾਏਗਾ ਤਾਂ ਇਹ 12 ਘੰਟੇ ਤੱਕ ਉੱਥੇ ਜ਼ਿੰਦਾ ਰਹਿ ਸਕਦਾ। ਜੇ ਕੱਪੜਿਆਂ 'ਤੇ ਹੋਵੇਗਾ 7-8 ਘੰਟੇ ਅੰਦਾਜ਼ਨ ਕਹਿੰਦੇ ਆ ਕਿ ਵੀ ਇੱਦਾਂ ਰਹਿ ਸਕਦਾ। ਹੱਥਾਂ ਦੇ ਉੱਤੇ ਇਹ ਕੁਛ ਕੁ ਮਿੰਟਾਂ ਦੇ ਹਿਸਾਬ ਨਾਲ ਇਹਦੀ ਲਾਈਫ ਹੈਗੀ ਆ। ਸੋ ਇਸੇ ਕਰਕੇ ਇਸ ਤੋਂ ਬਚਣ ਲਈ ਇਹਦੀ ਅਹਿਤਿਆਤ ਇਹੀ ਵਰਤਣੀ ਚਾਹੀਦੀ ਆ ਬਈ ਇਹ ਪਹਿਲੀ ਗੱਲ ਤਾਂ ਕਿ ਉਹ ਬੰਦਾ ਆਪਣੇ ਹੱਥ ਦੇ ਵਿੱਚ ਛਿੱਕੇ ਨਾ ਜਾਂ ਖਾਂਸੀ ਨਾ ਕਰੇ। ਜੇ ਖਾਂਸੀ ਕਰਨੀ ਆ ਤਾਂ ਜੋ ਗਾਈਡਲਾਈਨਸ ਨੇਗੀਆਂ ਕੂਹਣੀ ਦੇ ਨਾਲ, ਕੂਹਣੀ ਇੱਥੇ ਕਰਕੇ ਖਾਂਸੀ ਵੀ ਕਰੇ ਤਾਂ ਛਿੱਕ ਵੀ ਮਾਰੇ। ਜਿਹੜਾ ਉਹ ਵਿਅਕਤੀ ਆ ਉਹ ਜਿਹੜਾ ਵੀ ਆਪਣੇ ਨੱਕ ਨੂੰ ਕੰਨ ਨੂੰ ਇੱਦਾਂ ਹੱਥ ਨਾ ਮੂੰਹ ਨੂੰ ਹੱਥ ਨਾ ਲਾਵੇ। ਅਤੇ ਜਿਹੜਾ ਹੈਂਡ ਵਾਸ਼ ਆਪਾਂ ਕਰਦੇ ਹਾਂ ਜਿਹੜੀ ਅਸਲੀ ਟੈਕਨੀਕ ਆ ਬਈ ਉਹਨੂੰ 5-6 ਸਟੈਪਸ ਲਾ ਕੇ ਪੂਰੀ ਤਰ੍ਹਾਂ ਹੱਥ ਸਾਫ਼ ਕਰੋ। ਹਰ ਜਿੱਥੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ, ਕਿਤੋਂ ਵੀ ਕੋਈ ਚੀਜ਼ ਕੰਮ ਕਰਨਾ ਆ, ਖਾਣਾ ਖਾਣਾ ਆ, ਤਾਂ ਹਰ ਇਹ ਜਿਹੜੀ ਹੈਂਡ ਵਾਸ਼ ਟੈਕਨੀਕ ਦਾ ਵੱਧ ਤੋਂ ਵੱਧ ਇਸਤੇਮਾਲ ਕਰੀਏ। ਜੇ ਸੈਨੀਟਾਈਜ਼ਰ ਯੂਜ਼ ਕਰਦੇ ਹਾਂ ਉਹ ਵੀ ਠੀਕ ਆ, ਪਰ ਕਈ ਵਾਰੀ ਹੁਣ ਮਾਰਕੀਟ ਦੇ ਵਿੱਚ ਜਿੱਦਾਂ ਅਵੇਲੇਬਿਲਟੀ ਥੋੜ੍ਹੀ ਜਿਹੀ ਘੱਟ ਹੈ, ਸੋਪ ਐਂਡ ਵਾਟਰ ਨਾਲ ਹੱਥ ਧੋਣਾ ਹੀ ਬਹੁਤ ਵੱਡੀ ਅਹਿਤਿਆਤ ਹੈ। ਸੈਨੀਟਾਈਜ਼ਰ ਦੀ ਤੁਸੀਂ ਗੱਲ ਕੀਤੀ ਹੈ, ਮੈਂ ਵੀ ਪੁੱਛਣ ਲੱਗਿਆ ਸੀ ਕਿ ਸੈਨੇਟਾਈਜ਼ਰ ਦੇ ਵਿੱਚ ਵੀ ਅਸੀਂ ਕਿਹੜੀ ਚੀਜ਼ ਦੇਖੀਏ, ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਗੱਲ ਵਾਇਰਸ ਦਾ ਜ਼ਿਕਰ ਹੋਇਆ ਤਾਂ ਬਾਜ਼ਾਰ ਦੇ ਵਿੱਚ ਨਕਲੀ ਪ੍ਰੋਡਕਟਸ ਜਿਹੜੇ ਹੈਗੇ ਆ ਸੈਨੇਟਾਈਜ਼ਰ ਬਹੁਤ ਆ ਗਏ, ਉਹਦੇ ਵਿੱਚ ਕੀ ਚੀਜ਼ ਦੇਖੀਏ, ਕਿਹੜੀ ਚੀਜ਼ ਦੀ ਮਿਕਦਾਰ ਦੇਖੀਏ? ਜਿੱਦਾਂ ਕਿਹਾ ਜਾ ਰਿਹਾ ਵੀ ਅਲਕੋਹਲ 60-70 ਫੀਸਦ ਹੋਣੀ ਚਾਹੀਦੀ ਹੈ, ਉਹਦੇ ਬਾਰੇ ਤੁਸੀਂ ਦੱਸੋ। ਇਹਦੇ ਬਾਰੇ ਕੰਟੈਂਟਸ ਤਾਂ ਜਿਹੜੇ ਜਿੰਨੇ ਵੀ ਸੈਨੇਟਾਈਜ਼ਰਸ ਬਣੇ ਨੇਗੇ ਉਹਦੇ ਵਿੱਚ ਕੰਟੈਂਟਸ ਇਥਾਈਲ ਅਲਕੋਹਲ ਵੀ ਵਰਤੀ ਜਾਂਦੀ ਆ, ਇਹਦਾ ਸੈਟਰੀਮਾਈਡ ਟਾਈਪ ਵੀ ਵਰਤਿਆ ਜਾਂਦਾ ਆ, ਪਰੰਤੂ ਗੁੱਡ ਸੈਨੇਟਾਈਜ਼ਰ ਹੀ ਕਹਿ ਸਕਦੇ ਹਾਂ ਕਿਉਂਕਿ ਬਾਕੀ ਜੋ ਮਾਰਕੀਟ 'ਚ ਅਵੇਲੇਬਲ ਆ ਉਹੀ ਆਪਾਂ ਯੂਜ਼ ਕਰਾਂਗੇ। ਬੈਸਟ ਇਹ ਆ ਹੈਂਡ ਵਾਸ਼ ਟੈਕਨੀਕ, ਵਾਰ ਵਾਰ ਹੱਥ ਧੋਵੋ ਸਾਬਣ ਅਤੇ ਚੱਲਦੇ ਪਾਣੀ ਦੇ ਵਿੱਚ, ਅਤੇ ਹਰ ਥਾਂ 'ਤੇ ਹੱਥ ਲਾਉਣ ਤੋਂ ਪਹਿਲਾਂ ਆਪਾਂ ਜਿਹੜਾ ਹੈ ਹੈਂਡ ਵਾਸ਼ ਕਰ ਲਈਏ। ਇਨਫੈਕਟਡ ਬੰਦੇ ਨੂੰ ਕਿੰਨੇ ਕੁ ਸਮੇਂ ਬਾਅਦ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ, ਕਿ ਇਮੀਡੀਏਟ ਇਹਦੇ ਲੱਛਣ ਸਾਹਮਣੇ ਆਉਂਦੇ ਨੇ? ਇਹ 3 ਦਿਨਾਂ ਦੇ ਵਿੱਚ ਕਿਹਾ ਜਾਂਦਾ ਕਿ ਵੀ ਉਹਦੇ ਤਕਰੀਬਨ ਉਹਨੂੰ ਨਜ਼ਲਾ, ਜ਼ੁਕਾਮ, ਖਾਂਸੀ, ਗਲਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਅਤੇ ਉਸ ਤੋਂ ਬਾਅਦ 14 ਦਿਨ ਤੱਕ ਉਹ ਬੰਦਾ ਮਤਲਬ ਪ੍ਰਭਾਵਿਤ ਰਹਿ ਸਕਦਾ ਹੈ। ਜੇ ਉਹਦੇ ਹਲਕੇ ਸਿਮਟਮ ਠੀਕ ਵੀ ਹੋ ਗਏ ਤਦ ਵੀ ਆਪਾਂ ਉਹਨੂੰ 14 ਦਿਨ ਤੱਕ ਅਲੱਗ ਹੀ ਰੱਖਾਂਗੇ ਜਾਂ ਕੁਆਰੰਟਾਈਨ ਦੇ ਵਿੱਚ ਰੱਖਾਂਗੇ। ਅਤੇ ਹੋਰ ਇਹਦੇ ਵਿੱਚ ਕੀ ਸਾਨੂੰ ਖਾਣ ਪੀਣ ਦੇ ਵਿੱਚ ਕਿੱਦਾਂ ਦੀ ਕੋਈ ਚੀਜ਼ ਇੱਦਾਂ ਦੀ ਮਦਦਗਾਰ ਹੋ ਸਕਦੀ ਹੈ ਕਿ ਜਿਹੜੀ ਇਸ ਬਿਮਾਰੀ ਦੇ ਨਾਲ ਜੇ ਅਸੀਂ ਇਨਫੈਕਟ ਵੀ ਹੋ ਜਾਂਦੇ ਹਾਂ ਤਾਂ ਸਾਡੀ ਜਿਹੜੀ ਇਮਿਊਨਲ ਸਿਸਟਮ ਨੂੰ ਵਧਾਵੇ, ਜਿਸ ਤਰ੍ਹਾਂ ਦੇ ਕੋਈ ਖਾਣਾ ਵੀ ਅਸੀਂ ਡਾਇਟ ਇੱਦਾਂ ਦੀ ਸ਼ੁਰੂ ਕਰ ਸਕਦੇ ਹਾਂ?
ਡਾਈਟ ਦੇ ਵਿੱਚ ਖਾਸ ਕਰਕੇ ਇੱਕ ਤਾਂ ਪਰਹੇਜ਼ ਕਰਨ ਵਾਲੀ ਚੀਜ਼ ਤਾਂ ਹੈਗੀ ਆ ਚਿਲਡ ਜਾਂ ਕੋਈ ਫਰੋਜ਼ਨ ਫੂਡ ਹੈ ਜਾਂ ਆਈਸਕ੍ਰੀਮਸ ਵਗੈਰਾ ਹੈਗੀਆਂ, ਸੋਡਾ ਵਾਟਰ, ਇੱਦਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਬੰਦ ਕਰ ਦੇਣਾ ਚਾਹੀਦਾ। ਗਰਮ ਪੇ ਜਿਹੜੇ ਵੀ ਜਿਹਦੇ ਆਪਾਂ ਗਰਮ ਪਾਣੀ ਈਵਨ ਉਹ ਜਿਹੜਾ ਹੈਗਾ ਆਪਾਂ ਪੀਵੀਏ ਤਾਂ ਜਿਹੜਾ ਗਲੇ ਦੇ ਵਿੱਚ ਹੀ ਉਹ ਥੱਲੇ ਜਾਣ ਤੋਂ ਉਹਨੂੰ ਆਪਾਂ ਵਾਇਰਸ ਨੂੰ ਰੋਕ ਸਕਦੇ ਹਾਂ। ਖਾਣ ਪੀਣ ਦੇ ਨਾਲ ਵਧੀਆ ਗੁੱਡ ਪ੍ਰੋਟੀਨ ਡਾਈਟ ਆਪਾਂ ਕਹਿੰਦੇ ਹਾਂ, ਕਿਉਂਕਿ ਕਦੇ ਵੀ ਕੋਈ ਫਲੂ ਜਦੋਂ ਵੀ ਹੁੰਦਾ ਹੈ ਤਾਂ ਆਪਾਂ ਉਹਦੇ ਵਿੱਚ ਗੁੱਡ ਪ੍ਰੋਟੀਨ ਡਾਈਟ ਦਾ ਹੀ ਜ਼ਿਕਰ ਕਰਦੇ ਹਾਂ, ਅਤੇ ਜਿਹਦੇ ਵਿੱਚ ਕੁਛ ਵੀ ਤੁਸੀਂ ਪ੍ਰੋਟੀਨ ਜਿੰਨੀਆਂ ਲੈ ਸਕਦੇ। ਇਮਿਊਨਿਟੀ ਦੀ ਗੱਲ ਕੀਤੀ ਹੈ, ਇਮਿਊਨਿਟੀ ਕਿਸ ਚੀਜ਼ ਦੇ ਨਾਲ ਵੱਧਦੀ ਹੈ ਜੀ ਜੇ ਖਾਣ ਦੇ ਵਿੱਚ ਆਪਾਂ ਮੰਨੀਏ? ਇਮਿਊਨਿਟੀ ਤਾਂ ਹਰ ਇਨਸਾਨ ਇੰਡੀਵਿਜੁਅਲ ਟੂ ਇੰਡੀਵਿਜੁਅਲ ਵੇਰੀ ਕਰਦੀ ਹੈ ਜੀ, ਕੋਈ ਬੰਦਾ ਕਿਸ ਤਰ੍ਹਾਂ ਅੰਦਰੋਂ ਕਿੰਨਾ ਕੁ ਸਟਰੋਂਗ ਹੈਗਾ। ਸੋ ਉਹ ਜਿੰਨੀ ਦੇਰ ਤੱਕ ਬੈਲੈਂਸ ਡਾਈਟ ਆਪਣੀ ਸ਼ੁਰੂ ਤੋਂ ਬੰਦਾ ਲੈ ਰਿਹਾ ਤਾਂ ਉਹ ਬੰਦਾ ਇਮਿਊਨਿਟੀ ਤਰੀਕੇ ਦੇ ਨਾਲ ਸਟਰੋਂਗ ਹੋਵੇਗਾ। ਅਤੇ ਜਿਹੜੇ ਚੂਜ਼ੀ ਬੰਦੇ ਆ, ਬਾਹਰਲੇ ਜੰਕ ਫੂਡਸ ਖਾਂਦੇ ਆ, ਹੋਰ ਇੱਦਾਂ, ਤਾਂ ਉਹਨਾਂ ਦੇ ਵਿੱਚ ਇਮਿਊਨਿਟੀ ਦੀ ਘਾਟ ਪਾਈ ਜਾ ਸਕਦੀ ਹੈ। ਡਾਕਟਰ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਨਾਲ ਕੋਈ ਹੋਰ ਜਿਹੜੀ ਗੱਲਬਾਤ ਜਿਹੜੀ ਰਹਿ ਗਈ ਹੋਵੇ, ਤੁਸੀਂ ਜਿਹੜੀ ਇੱਕ ਡਾਕਟਰੀ ਪੇਸ਼ੇ ਤੋਂ ਹਟ ਕੇ ਵੀ ਇੱਕ ਨਿੱਜੀ ਤੌਰ ਦੇ ਉੱਤੇ ਸਲਾਹ ਦੇਣੀ ਚਾਹੂੰਗਾ? ਮੈਂ ਇਹੀ ਸਲਾਹ ਦੇਵਾਂਗਾ ਕਿ ਵੀ ਜਿੰਨੀਆਂ ਇਹਦੇ ਤੋਂ ਪੈਨਿਕ ਜਾਂ ਡਰਨ ਦੀ ਕੋਈ ਲੋੜ ਨਹੀਂ। ਘਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਆਪਣੇ ਮਰੀਜ਼ ਕੋਈ ਫਲੂ ਵਰਗੇ ਸਿਮਟਮਸ ਨੇ ਉਹਨੂੰ ਕਿਤੇ ਵੀ ਜਾਣ ਤੋਂ ਆਪਣੀ ਇਮਾਨਦਾਰੀ ਦੇ ਨਾਲ ਹੀ ਘਰ ਦੇ ਵਿੱਚ ਰੱਖੋ, ਰੋਕੋ, ਤਾਂ ਕਿ ਉਹ ਬਹੁਤੀ ਕਿਸੇ ਵੀ ਭੀੜ ਦੇ ਵਿੱਚ ਨਾ ਜਾਵੇ, ਕਿਸੇ ਹੋਰ ਨੂੰ ਨਾ ਦੇਵੇ, ਤਾਂ ਕਿ ਆਪਣੇ ਸਸਪੈਕਟਡ ਪੇਸ਼ੈਂਟ ਨਾ ਵਧੀ ਜਾਣ ਜਿਹਦੇ ਵਿੱਚੋਂ ਸਾਨੂੰ ਕਰੋਨਾ ਪ੍ਰਭਾਵਿਤ ਵਿਅਕਤੀ ਮਤਲਬ ਲੱਭਣੇ ਔਖੇ ਹੋ ਜਾਣ। ਸੋ ਬਿਹਤਰ ਹੈ ਕਿ ਵੀ ਘਰ ਦੇ ਵਿੱਚ ਰਿਹਾ ਜਾਵੇ। ਜੇ ਉਹ ਵਿਅਕਤੀ ਘਰ ਵਿੱਚ ਰਹਿ ਸਕਦਾ, ਜੌਬ 'ਤੇ ਜਾਣਾ ਅੱਜ ਕੱਲ੍ਹ ਗੌਰਮੈਂਟ ਨੇ ਸਾਰਾ ਕੁਝ ਫ੍ਰੀ ਕੀਤਾ ਹੈ ਕਿ ਵੀ ਤੁਸੀਂ 14 ਦਿਨ ਜੌਬ ਤੋਂ ਛੁੱਟੀ ਲੈ ਸਕਦੇ ਹੋ। ਗੁਰਦੁਆਰਾ ਸਾਹਿਬ ਦੀਆਂ ਗੈਦਰਿੰਗਸ ਦੇ ਵਿੱਚ ਵੀ ਤੁਸੀਂ ਨਾ ਜਾਵੋ ਤਾਂ ਕਿ ਤੁਸੀਂ ਬਾਕੀ ਦੀ ਸੰਗਤ ਨੂੰ ਪ੍ਰਭਾਵਿਤ ਨਾ ਕਰੋ। ਧਾਰਮਿਕਤਾ ਜਿਹੜੀ ਹੈਗੀ ਆ ਉਹ ਤੁਸੀਂ ਜ਼ਿਹਨੀ ਤੌਰ 'ਤੇ ਰੱਖੋ, ਨਾ ਕਿ ਇਹ ਕਿ ਵੀ ਮੈਂ ਬਕਾਇਦਾ ਇੱਥੇ ਜਾਣਾ ਹੀ ਹਾਂ, ਦੀਵਾਨ ਵਗੈਰਾ ਨੇਗੇ ਲੱਗਦੇ, ਉੱਥੇ ਨਹੀਂ ਜਾਣਾ ਚਾਹੀਦਾ। ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਵੀ ਇੱਦਾਂ ਦੀ ਗੈਦਰਿੰਗਸ ਘੱਟ ਤੋਂ ਘੱਟ ਹੋਣ ਅਗਲੇ ਦਿਨਾਂ ਦੇ ਵਿੱਚ, ਜਿੰਨੀ ਦੇਰ ਤੱਕ WHO ਤੋਂ ਗਾਈਡਲਾਈਨਸ ਨਹੀਂ ਆ ਜਾਂਦੀਆਂ ਵੀ ਅਸੀਂ ਹੁਣ ਸੇਫ ਹੈ, ਜਿਹੜਾ ਇਹ ਜਿਹੜਾ ਵਾਇਰਸ ਹੈਗਾ ਇਹਨੂੰ ਆਪਾਂ ਕੰਟੇਨ ਕਰ ਲਿਆ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦੇ ਨਾਲ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਗੁਰਲਾਜ ਸਿੰਘ, ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਤੇ ਦੱਸਿਆ ਕਿ ਪੈਨਿਕ ਹੋਣ ਦੀ ਲੋੜ ਨਹੀਂ, ਸਾਵਧਾਨੀ ਦੇ ਲਈ ਉਹਨਾਂ ਨੇ ਜ਼ਰੂਰ ਗੱਲਾਂ ਦੱਸੀਆਂ ਨੇ। ਉਮੀਦ ਹੈ ਕਿ ਤੁਹਾਨੂੰ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਪਸੰਦ ਆਇਆ ਹੋਊਗਾ। ਡਾਕਟਰ ਸਾਹਿਬ ਨਾਲ ਫਿਰ ਕਿਸੇ ਬਿਮਾਰੀ ਦੇ ਬਾਰੇ ਦੇ ਵਿੱਚ ਖੁੱਲ੍ਹ ਕੇ ਚਰਚਾ ਕਰਾਂਗੇ। ਜਦ ਤੱਕ ਲਈ ਇਜਾਜ਼ਤ ਦਿਓ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ ਹੇਰਾਂ।